ਲੁਧਿਆਣੇ ਦੇ ਵਪਾਰੀ ਨੂੰ ਬਲੈਕਮੇਲ ਕਰਨ ਮਾਮਲੇ ਵਿੱਚ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਨੂੰ ਲੁਧਿਆਣੇ ਦੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਇਸ ਦੇ ਨਾਲ ਹੀ ਇੰਸਟਾਗ੍ਰਾਮ ਸਟਾਰ ਜਸਨੀਤ ਕੌਰ ਦੇ ਗੈਂਗਸਟਰਾਂ ਦੇ ਨਾਲ ਵੀ ਸੰਬੰਧ ਸਾਹਮਣੇ ਆਏ ਸੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਜਸਨੀਤ ਕੌਰ ਦੇ ਇਸ ਤੋਂ ਪਹਿਲਾਂ ਵੀ ਕਿੰਨੇ ਮਾਮਲੇ ਦਰਜ ਨੇ ਅਤੇ ਕਿਹੜੇ ਗੈਂਗਸਟਰਾਂ ਦੇ ਨਾਲ ਜਸਨੀਤ ਕੌਰ ਦੇ ਲਿੰਕ ਨੇ। ਇਸ ਦੇ ਨਾਲ ਹੀ ਦੱਸੀਏ ਕਿ ਲੁਧਿਆਣੇ ਦੇ ਵਪਾਰੀ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜਸਨੀਤ ਕੌਰ ਗੈਂਗਸਟਰਾਂ ਕੋਲੋਂ ਉਸਨੂੰ ਧਮਕੀਆਂ ਦਵਾਉਂਦੀ ਸੀ, ਇੱਥੋਂ ਤੱਕ ਕਿ ਮਾਰਨ ਦੀ ਧਮਕੀ ਵੀ ਦਿੱਤੀ ਜਾਂਦੀ ਸੀ। ਜਿਸ ਤੋਂ ਬਾਅਦ ਹੁਣ ਜੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਲਓ, ਇਸ ਤਸਵੀਰਾਂ ਦੇ ਵਿੱਚ ਅਦਾਲਤ ਦੇ ਵਿੱਚ ਜਸਨੀਤ ਕੌਰ ਨੂੰ ਪੇਸ਼ ਕਰਵਾਇਆ ਗਿਆ ਅਤੇ ਉਸ ਮੌਕੇ ਵਕੀਲ ਦਾ ਕੀ ਕਹਿਣਾ ਉਹ ਤੁਸੀਂ ਆਪ ਸੁਣੋ। ਅੱਜ ਪਹਿਲਾਂ ਹੀ ਸਫੀਸ਼ੈਂਟ ਰਿਮਾਂਡ ਮਿਲ ਚੁੱਕਿਆ ਜੀ। ਸੋ ਟ੍ਰਾਇਲ ਕੋਰਟ ਵੱਲੋਂ ਅੱਜ ਆਨਰੇਬਲ ਮੈਜਿਸਟਰੇਟ ਸਾਹਿਬ ਨੇ ਜੁਡੀਸ਼ਲ ਕਸਟਡੀ ਵਿੱਚ ਭੇਜਿਆ ਅਤੇ 14 ਦਿਨ ਲਈ ਭੇਜਿਆ ਜੀ, ਅਤੇ 24 ਨੈਕਸਟ ਡੇਟ ਆ ਉਦੋਂ ਨੂੰ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ 'ਚ। ਅਤੇ ਜਿਹੜਾ ਸਰਵੋਤਮ ਸਿੰਘ ਲੱਕੀ ਸੰਧੂ ਉਹਦੀ ਬੇਲ ਐਪਲੀਕੇਸ਼ਨ ਅਡੀਸ਼ਨਲ ਸੈਸ਼ਨ ਕੋਰਟ ਦੇ ਵਿੱਚ ਅੱਜ ਪੈਂਡਿੰਗ ਸੀ, ਉਹ ਵੀ ਮਾਨਯੋਗ ਜੱਜ ਸਾਹਿਬ ਨੇ ਰਿਕਾਰਡ ਨਾ ਆਉਣ ਕਰਕੇ ਉਹ ਵੀ 12 ਤਰੀਕ ਲਈ ਉਹਦੀ ਡੇਟ ਨੈਕਸਟ ਫਰਮਾ ਦਿੱਤੀ ਹੈ। ਅੱਛਾ, ਕੁਝ ਪਤਾ ਲੱਗਿਆ, ਹੋਰ ਖੁਲਾਸਾ ਹੋਇਆ ਅੱਜ? ਤੁਸੀਂ ਪੁੱਛਿਆ ਹੋਊਗਾ ਕੋਈ ਗੈਂਗਸਟਰ ਲਿੰਕ ਜਿਹੜਾ ਚੱਲ ਰਿਹਾ ਸੀ, ਉਹ ਇਨਵੈਸਟੀਗੇਸ਼ਨ ਦਾ ਹੀ ਪਾਰਟ ਆ ਜੀ। ਹਲੇ ਉਹ ਜਿਹੜੀ ਇਨਵੈਸਟੀਗੇਸ਼ਨ ਆ ਉਹ ਚੱਲ ਰਹੀ ਹੈ, ਚਾਹੇ ਜੁਡੀਸ਼ਲ ਕਸਟਡੀ 'ਚ ਚਲੀ ਗਈ ਹੈ ਲੜਕੀ, ਪਰ ਫਿਰ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜੇ ਕੋਈ ਦੁਬਾਰਾ ਪੁੱਛਗਿੱਛ ਦੀ ਲੋੜ ਹੋਈ ਤਾਂ ਦੁਬਾਰਾ ਵੀ ਅਸੀਂ ਅਪਲਾਈ ਕਰ ਸਕਦੇ। ਵੈਸੇ 7 ਦਿਨ ਦੇ ਰਿਮਾਂਡ ਦੇ ਦੌਰਾਨ ਕੁਝ ਜਿਹੜਾ ਕਹਿੰਦੇ ਤੁਸੀਂ ਖੁਲਾਸਾ, ਉਹਦੇ ਵਿੱਚ ਕੀ ਕੀ ਸਾਹਮਣੇ ਆਇਆ? 7 ਦਿਨ ਦੇ ਰਿਮਾਂਡ ਦੇ ਵਿੱਚ ਕਾਫੀ ਡਾਕੂਮੈਂਟ ਸਾਹਮਣੇ ਆਏ ਆ ਜੀ, ਅਤੇ ਕਾਫੀ ਲਿਸਟ ਆਫ ਜਿਹੜੀਆਂ ਹੈਗੀਆਂ ਫੋਨ ਕਾਲਸ ਉਹ ਸਾਹਮਣੇ ਆਈਆਂ ਨੇ, ਵੀ ਨੰਬਰ ਆਫ ਅਲੱਗ ਅਲੱਗ ਵਟਸਐਪ ਕਾਲ ਤੋਂ ਥਰੈਟਸ ਆਈਆਂ ਨੇ। ਹੁਣ ਉਹੀ ਇਨਵੈਸਟੀਗੇਟ ਬਾਕੀ ਕਰਨੇ ਬਾਕੀ ਆ ਵੀ ਕੌਣ ਬੰਦੇ ਸੀ, ਜਾਂ ਹੋਰ ਬੰਦੇ ਪੋਲੀਟੀਕਲ ਕਿਹੜੇ ਜੁੜੇ ਹੋਏ ਨੇ, ਜਾਂ ਹੋਰ ਕਿਹੜੇ ਗੈਂਗਸਟਰ ਨੇ ਜਿਹੜੇ ਮਿਲ ਕੇ ਇਹ ਜਿਹੜਾ ਸਾਰਾ ਇਹ ਐਕਸਟੋਰਸ਼ਨ ਦਾ ਕੰਮ ਕਰਦੇ ਆ।